You.
बाप, तू माता प्यारों की लड़की है ना? हाँ पापा जी। आज तेरा पाए नेक नहीं आया? नेक नहीं आंदा अज पापा जी, ओदा चेतनी की आखदा सी हार्ट अटैक टुटी जांदे है, की पता ता भी चढ़ जाए। मौसम अच्छा नहीं है दीपा, मौसम अच्छा नहीं, आंदे जांदे ठंड दा ख्याल रखना चाहिए। ओदे लई दवाई लै लै, ठीक हो जाए, ठीक हो जाए। जा अंदर खुद रख ले। पापा जी कोई खाली पाटा दे, बेबे आपकी सी खाली डोलू लेके आई। ना बीबा, तेरे जो खाली पांडा ने लेके जाई। बड़ी प्यारी बच्ची है, बड़ी प्यारी, बिल्कुल अपनी माँ ते गई है। पापा जी बेबे आपकी सी छेती मोड़ा है, मैं जरा छेती जाना। हाँ आ बीबा, अंदर आ, आ आ आ, दोनों खाते कर दे। शाबाश, आ बेबा, पर
ਬਾਬੇ ਹਾਂ ਠੀਕ ਪਛਾਣਿਆ ਤੂੰ ਪਰ ਅਨੇ ਰਾਕਾ ਕੀ ਰਹਿਣਾ ਹੈ ਮੇਰੇ ਕੋਈ ਤਾਂ ਪ੍ਰੇਤ ਪਿੱਛੇ ਲੱਗ ਸਕਦਾ ਉਸਤੇ ਪ੍ਰੇਤ ਦਾ ਨਾਮ ਕਰਨ ਆਈਆਂ ਤੁਸ਼ਤਾ ਮੈਂ ਤੈਨੂੰ ਆਖਿਆ ਸੀ ਨਾ ਖੋੜ ਕੇ ਨਾ ਬੇੜੇ ਖੋੜ ਕੇ ਨਾ ਬੇੜੇ ਮੈਂ ਤਾਂ ਕੱਪੀ ਖੋੜ ਕੇ ਨਾ ਬੇੜੇ ਤਾਂ ਤਾਂ ਮੈਂ ਨਾ ਰਹਾ ਸਾਡੇ ਸਾਰੇ ਸੁਪਨੇ ਮਿੱਟੀ ਚ ਰੋਲਦੇ ਪਾਪੀਆ
तेरी देवी मिट्टी च रोड़ती ना रात का मैं तेरा भी मिटा था ना इस जग तो पर मापे पता नहीं मैंने केड़े कसाई दे नाल लौड़ी मैंने माफ करी जी ओड़े मैं हुण तेरे लायक नहीं रही इस दिल जो गंदगी की मुश्क कौन ली है कदे मैं तेरे ना जिंदगी जीवन के सपने लाए सी मेरा तो जी करता सी मेरा तो जी करता सी तेरे ना भज जावा कि नीले अंबरा वाल उड़ जावा तेरे ना जिथे तू होवे मैं होवा पर हुण की करा कि मैं मुंह पार के कहा मां नूं कि मैंने जोड़े ना तोड़ दे मां ओही है मेरे दिला दा हाड़ी नहीं जोड़े और मैं तेरे लायक नहीं रही और मैं तेरे लायक नहीं रही उड़ते मापे उची दे नाल भी नरण दे अखा मीच के तुर जाऊंगी मैनू माफ करी ਕਰਦਾ ਆ ਉਹ ਕਹਿੰਦਾ ਸੀ
ਕੋਈ ਰੋਟੀ ਹੋ ਕੇ ਖਾ ਲਓ। ਐ ਚੰਦ ਕੋਲੇ ਪਈ ਰੋਟੀ ਲੈ ਜੀ ਉਹਦੀ ਚਾਨਣ ਦੀ। ਜੀ ਨਹੀਂ ਲੱਗਦਾ ਹੋਣਾ ਹਰਾਮੀ ਦਾ, ਮੈਂ ਸਭ ਜਾਣਦੀ ਹਾਂ। ਭਾਈ ਪ੍ਰਸਾਦ ਕੋਲੇ ਮੇਰੇ ਸਾਹਮਣੇ ਆਇਆ ਵਧੀਆ ਗੱਲਾਂ ਕਰਿਆ ਤਾਂ। ਸੱਚੀ ਗੱਲ ਹੈ ਬਈ, ਮੇਰੀ ਤਾਂ ਇਹ ਧੀਆਂ ਵਰਗੀ ਹੈ, ਜਿਸ ਦਿਨ ਦੀ ਇਸ ਘਰ ਚ ਆਈ ਹੈ ਭੁੱਜੇ ਦਾਣੇ ਵੀ ਹਰੇ ਹੁੰਦਾ ਹੈ। ਦਾਦੇ ਦੀ ਕਿਰਪਾ ਨਾਲ ਹੋਰ ਸਹੀ ਹੋ ਗਿਆ ਨਾ ਤੇ ਲਹਿਰਾਂ ਪਹਿਰਾਂ ਹੋ ਗਈਆਂ ਦੇਸ ਦੀ ਮਾਂ। ਭਾਈ ਜੀ ਜਾਣਾ ਦੀ ਰੋਟੀ ਖੇਤੀ ਲੈ ਜਾਵਾਂ ਤੇ ਹਾਜ਼ਰ ਕੇ ਕਰੇ ਅਸਾਂ ਦੇ ਵੱਡਾ ਹੋਇਆ ਪਿਆ ਹੈ। ਭਾਈ ਜੀ ਕੀ ਪਛਣੀਆਂ ਸ਼ਰਾਣੇ ਰੋਟੀਆਂ ਖਾਂਦੇ ਕੋਲੇ ਚ ਸਿਰ ਤੇ ਸੂਰੀ ਬਲਕਾਰੀ ਨਾਰ ਲੱਕੜਾ ਤੁਜਾ ਜੁਮਕ ਕਰਦੀ ਪਹੁੰਚ ਜਾਓ ਦੇ ਸਾਹਮਣੇ ਉਹਨਾਂ ਕੰਗਾ ਟਾਲੀ ਤੇ ਚੜ ਕੇ ਤੇਰਾ ਰਾਹ ਤੱਕਦਾ ਹੋਵੇ। ਚੰਦ ਕੌਰ ਨੂੰ ਸਾਰਾ ਆਪਣੇ ਘਰ, ਜ਼ਮੀਨ ਵੀ ਤੇਰੀ ਤੇ ਤੀਵੀ ਵੀ ਤੇਰੀ।
नहीं नहीं मैं तो हमेशा अपनी की नाल समझे ये तो फिर गुरु के कदे वाली गल है गल तो विचारन वाली है गजना जमीना खातर बथेरे आके चबड़े पैंदे आ जदा चलदे आ जी ओ तगड़ा हो तगड़ा तू हुण तो पंजाब दे कटू एक बारी देखी जा बहु
चल मेरी जा चार
ਹੋਇਆ ਸੀ ਪਤਾ ਲਾ ਕੇ ਖੱਤ ਦੂਜਾ ਵਿਆਹ ਕਰਾਉਂਦਾ ਆ ਕਿਹਦੇ ਵਾਂਗੂ ਤੇ ਕੀਤੀ ਸੀ ਭਾਈ ਕਿਸੇ ਨੇ ਜ਼ਮੀਨ ਨੂੰ ਮਾਰਿਆ ਬੇਬੇ ਤੇ ਜ਼ਮੀਨ ਨੂੰ ਚਾਨਣ ਦੇ ਹਿੱਸੇ ਆਉਂਦੀ ਜ਼ਮੀਨ ਚੰਦ ਕੌਰ ਦੇ ਨਾਂ ਚੜ ਗਈ ਇਹਨੇ ਸੋਚਿਆ ਚੰਦ ਕੌਰ ਨੂੰ ਲਿਆਵਾ ਸਾਮਾ ਘਰੇ ਤੇ ਜ਼ਮੀਨ ਕਿੱਧਰ ਜਾਊ ਉਹਦੇ ਮਾਮੇ ਬੰਦ ਲੱਗੇ ਨੂੰ ਚੜਾ ਲਿਆ ਹੱਥਾਂ ਤੇ ਲਿਆਵਾ ਸਾਈ ਚੰਦ ਕੌਰ ਘਰੇ ਕੀ ਹੋਣਿਆ ਪੰਤ ਲੰਗਿਆ ਵੇ ਤੇਰਾ ਕਿਸੇ ਜਾਨ ਭਲਾ ਨਾ ਹੋਵੇ ਪੁੱਛਿਆ ਵੇ ਮੇਰੀ ਧੀ ਦੇ ਪੈਰਾਂ ਥੱਲੇ ਕੱਢੇ ਬੀਜਣ ਵਾਲਿਆ ਪਾਪੀਆ ਵੇ ਕੰਜਰਾ ਤੇਰਾ ਕਿਹਦੇ ਪੈ ਕੇ ਮਰੇ ਤੂੰ ਨਾ ਇੱਕ ਸਾਰੇ ਕੰਜਰ ਦੀ ਭੈਣ ਭੰਨ ਦੋ ਵੀ ਆਵੇ ਉਹਨੂੰ ਵੀ ਮੇਰੇ ਨੂੰ ਫੜੇ ਆ ਕੇ ਕਹਿੰਦਾ ਤੇ ਚੰਦ ਕੌਰ ਨੂੰ ਵੀ ਆਪਣੀ ਧੀ ਹੁੰਦਾ ਸੀ ਪਰ ਜ਼ਮੀਨਾਂ ਦੀ ਗੱਜ ਨਾਲ ਕਾਦੇ ਰਿਸ਼ਤੇ ਕਿਹਦੇ ਪੈ ਕੇ ਮਰੂ ਕਾਇ ਦੁਸ਼ਟ ਵੀ ਪਰ ਪਾਪੀਏ ਤੇਰੀ ਧੀ ਉਪਾਰ ਨਾ ਕਰੀ ਚੰਦ ਕੌਰ ਤੇ ਇਹਦੇ ਹੱਥ ਦੀ ਕੋਈ ਚੀਜ਼ ਨਾ ਖਾਈ ਆਪਣੇ ਜਵਾਕ ਪਾਲ ਗੱਲ ਨਹੀਂ ਹੋਏ ਲੈ ਜਾ ਹੁਣ ਯਾ ਗੱਜਣ ਕੀ ਸਾਲਾ ਲੱਗਦਾ ਆਪਣਾ ਲੱਗ ਪੁੱਤ ਹੋਏ ਤੇ ਪਾਲਾ ਵੀ ਆਪਣੀ ਨੂੰ ਸਿਧੇਰਾ ਨਰੇਂਦਰ ਕੀ ਕਰੋ ਇੱਧਰ ਕੇ ਬਾਹਰ ਲੈ ਗੱਲ ਅਜੇ ਤੱਕ ਤੇ ਇੱਧਰ ਹੀ ਆਉਂਦਾ ਕੱਲ ਦਾ ਪਤਾ ਨਹੀਂ ਚੰਗਾ ਹੈ ਇੱਥੋਂ ਪਾਸੇ ਰਹੇ ਇਹ ਸੰਪਰ ਤੇ ਮਿੱਟੀ ਦੀ ਨਹੀਂ ਮਾਰ ਇਹ ਤਾਂ ਹੁਣ ਤੇ ਖੇਤ ਤੇ ਨੂੰ ਚੜ ਵੀ ਉਮਰ ਦੀ ਆ ਬੇਬੇ ਮੈਂ ਆਹੀ ਆ ਉਹੀ ਆ ਮੈਂ ਜਿੰਨੇ ਨੇ ਆਪਣੀ ਛੋਟੀ ਬੈਟ ਬਣਾਇਆ ਸੀ ਬੈਣ ਦੇ ਨਹੀਂ ਜਾਣਗੇ ਉਹਦੇ ਹੇਠ ਵਾਲੀ ਜਗ੍ਹਾ ਲੈ ਜਾ ਸੀ ਪੀਲ ਪੂਰੀ ਉਹ ਮੇਰੀ ਮਾਂ ਬੱਗੀ ਨੇ ਦੱਸ ਦੱਸ ਮੇਰਾ ਕੀ ਦੋਸ਼ ਹੈ ਸਿਰੋਂ ਨੰਗੀ ਮੈਂ ਹੋ ਗਈ ਮਾਰ ਦਿੱਤੇ ਕੇ ਲੈ ਗਈ ਇਹ ਗਿਆ ਤਾਂ ਮੇਰਾ ਰਸਾ ਦੇ ਹੱਥ ਵਿੱਚ ਬਣਾ ਤਾ ਐਸੇ ਕੋਈ ਮੁਸ਼ਕਲ ਨਾਲ ਵੀ ਨਹੀਂ ਕਰਦਾ ਮਾਂ ਤੇਲੇ ਵੀ ਕੀਤਾ
ਉਹਦੇ ਦਿਨ ਕੱਟਨੇ ਨਾ ਤਾਂ ਪ੍ਰਤਾਪੀ ਦੇ ਵੱਡੇ ਮੁੰਡੇ ਪ੍ਰਤਾਪੀ ਦੇ ਵੱਡੇ ਮੁੰਡੇ ਗੁਰਦੇਵ ਨੂੰ ਆਪਣੇ ਹੱਥਾਂ ਤੇ ਚੜਾ ਉਹਦੇ ਢਿੱਡ ਚ ਵੜ ਮੈਂ ਤਾਂ ਫੇਰ ਵੀ ਤੀਜਾ ਹਿੱਸਾ ਲਿਆ ਕੇ ਫੜਾ ਤਾਂ ਗੱਜੇ ਨੂੰ ਪ੍ਰਤਾਪੀ ਕੋਲ ਕੀ ਸੀ ਚੂਮਾ ਆਖਦੀ ਹੈ ਸਾਰੀ ਉਮਰ ਦਾ ਰੋਣਾ ਹੀ ਦੋਵਾਂ ਨੇ ਨਾ ਮੈਂ ਕਰਾਵਾਂ ਰੋਜ਼ ਤੂੰ ਪ੍ਰਤਾਪੀ ਆਈ ਰੋਜ਼ ਤੇਰੇ ਮਾਪੇ ਅੱਜ ਆ ਰਹੇ ਨੇ ਗੱਜੇ ਨੂੰ ਕਰਦੀ ਆ ਕੇ ਆਜੀ ਬਲ ਜਾਂਦਾ ਜਸ ਕਰਦੀ ਮੈਂ ਰੋਕੀ ਜਾ ਰੋਕੀ ਪ੍ਰਤਾਪੀ ਕਾਲੀ ਕਹਿੰਦੇ ਨਿਆਣੇ ਮੈਨੂੰ ਬਾਹਰ ਮਰ ਕੇ ਬਾਹਰ ਕੱਢ ਦੇਣ ਤਾਂ ਕੀ ਹੈ ਮੇਰਾ ਨਾ ਕੋਈ ਲਿਖ ਤੇ ਨਾ ਕੋਈ ਪੜ੍ਹ ਤੇ ਦਾਦਾ ਜੀ ਠੋਕਾ ਖਾਂਦੀ ਮੇਰੇ ਕੀ ਕਰ ਪਏ ਤੂੰ ਮਤੋ ਉਹ ਕੀ ਗੱਲ ਹੋ ਗਈ ਜੱਟ ਕੋਲੇ ਅੱਜ ਤੇ ਨਹੀਂ ਇਹੋ ਮੰਜਾ ਨਾਲ ਕਿ ਪੈ ਗਈ ਮੇਰਾ ਚਿੱਤ ਨਹੀਂ ਠੀਕ ਕਿਉਂ ਕੀ ਹੋਇਆ ਤੇਰੇ ਚਿੱਤ ਨੂੰ ਕਿਆ ਕਰਾਂ ਚਿੱਤ ਢਿੱਲਾ ਉਹ ਮੈਨੂੰ ਵੇਖਦੇ ਚਿੱਤ ਢਿੱਲਾ ਹੋ ਗਿਆ ਤੇਰਾ ਆਹੋ ਤੈਨੂੰ ਵੇਖਦੇ ਹੀ ਹੋ ਗਿਆ ਨਾ ਤੂੰ ਕਰ ਲੈ ਮੈਨੂੰ ਪਤਾ ਲੱਗੇ ਕੀ ਟੁੱਟੇ ਖਾਣੀ ਹੁੰਦੀ ਹੈ ਮੇਰੀ ਉਹ ਕੀ ਹੋਇਆ ਭੱਤ ਦੋ ਭਾਂਡੇ ਹੋਣਗੇ ਤੇ ਖੜਕ ਗਏ ਨਹੀਂ ਉਹ ਨਹੀਂ ਖੜਕਦੇ ਭਾਂਡੇ ਅੱਜ ਉਹਦੀ ਮਾਂ ਮੈਨੂੰ ਕੁੱਟਣ ਪੈ ਗਈ ਤੇ ਕੱਲ ਨੂੰ ਕੋਈ ਹੋਰ ਆ ਜਾਊ ਮੈਂ ਖੋਲ ਲਿਆ ਕਿ ਟੀਵੀ ਨਹੀਂ ਆ ਉਦੋਂ ਦਾ ਕਹਿੰਦਾ ਸੀ ਤੇਰੇ ਪੈਰਾਂ ਥੱਲੇ ਹੱਥ ਦੇਊਗਾ ਇਹ ਦਸਾਰੇ ਮੇਰੇ ਗੱਲ ਨੂੰ ਆਉਂਦੇ ਆ ਵੇਖ ਭਾਈ ਤੂੰ ਤਾਂ ਮੈਨੂੰ ਜਿੱਦਾਂ ਕਿਹਾ ਮੈਂ ਤਾਂ ਉਦਾਂ ਹੀ ਕਰੀ ਗਈ ਜਿੱਥੇ ਤੂੰ ਮੈਨੂੰ ਗੂਠਾ ਲਾਉਂ ਕਿਹਾ ਮੈਂ ਗੂਠਾ ਲਾਤਾ ਹੁਣ ਇਹੋ ਤਾਂ ਮੇਰੇ ਕੋਲ ਬੈਠਾ ਆਉਂਦੇ ਤੈਨੂੰ ਬਣਾਤਾ ਮੈਂ ਜ਼ਮੀਨਾਂ ਦਾ ਮਾਲਕ ਕਿਆ ਬਣੀ ਮੈਂ ਪਾਪਰ ਤੂੰ ਕੋਈ ਸੱਤਰ ਮੰਗੀ ਮੈਂ ਉਹ ਕਿਉਂ ਅਮਰ ਭੁੱਲੀ ਜਾਂਦੀ ਹੈ ਤੂੰ ਇਹਦਾ ਹੋਇਆ ਕੀ ਹੈ ਦੇਖਦੀ ਮੈਂ ਨਹੀਂ ਆਣਾ ਹੁਣ ਪ੍ਰਤਾਪੀ ਦੇ ਘਰ ਉਹਨੂੰ ਕਰ ਲਓ ਬਾਹਰ ਲਈ ਘਰੇ ਤੇ ਮੈਂ ਰਹਾਂਗੀ ਇੱਥੇ ਚੰਗਾ ਖਾਈਏ ਮਾੜਾ ਖਾਈਏ ਇੱਕ ਦੂਜੇ ਤੋਂ ਤਾਂ ਪਾਸੇ ਰਹੀਏ ਨਾ ਉਹ ਵੇਖ ਕੇ ਮੈਨੂੰ ਆਖਦਾ ਲਓ ਸਾੜੇ ਤੇ ਨਾ ਮੈਂ ਕਿਸੇ ਦੇ ਤੱਕ ਨਾ ਟੰਡੀ ਆ ਸੁਣਾਹਾਂ ਬਸ ਇੰਨੀ ਗੱਲ ਉਸਦੇ ਕੱਪੜਿਆਂ ਤੋਂ ਬਾਹਰ ਨਹੀਂ ਜਾਂਦੀ ਨਾ ਤੇਰੇ ਵਾਸਤੇ ਉਹ ਹੀ ਨਹੀਂ ਕਿ ਗੱਲ ਜਿਹੜੀ ਮੇਰੇ ਨਾਲ ਹੁੰਦੀ ਹੈ ਨਾ ਇਹ ਤਾਂ ਬਸ ਮੈਂ ਹੀ ਜਾਣਦੀ ਹਾਂ ਮੈਂ ਹੀ ਓਏ ਆਪਾਂ ਆਹੀ ਪ੍ਰਤਾਪੀ ਨੂੰ ਪੁੱਛ ਲੈਨੇ ਆ ਉਹਨੇ ਕੀ ਬੋਲਣਾ ਅੱਗੇ ਕਦੀ ਬੋਲੀ ਹੈ ਬਈ ਰੋਟੀ ਪਾਣੀ ਨਾ ਲੋੜੇ ਇੱਧਰ ਨਾ ਖਾਦੀ ਤੇ ਬਾਹਰ ਦੇ ਘਰ ਜਾ ਕਰ ਉਹਨੂੰ ਕਹਿੰਦੇ ਵੀ ਬਾਹਰ ਦੇ ਘਰ ਚਲੀ ਜਾ ਹੈ ਜੇ ਨਾ ਉੰਨੀ ਕੀ ਕਰੂਗੀ ਤੇ ਉਹਨੂੰ ਕਮਾ ਕੇ ਵੀ ਜਾ ਤੇ ਜਾ ਕੇ ਮੈਨੇ ਕੀ ਵਾਲਾ ਉਹ ਦੱਸ ਇਹ ਜਵਾਕ ਇੱਥੇ ਤੇਰੇ ਕੋਲ ਰਹਿ ਗਿਆ ਤੂੰ ਉਹਦੀ ਛੋਟੀ ਮਾਂ ਨਹੀਂ ਚੱਲ ਠੀਕ ਆ ਭਾਈ ਤੂੰ ਤਾਂ ਮੈਨੂੰ ਜਿੱਦਾਂ ਕਹਿੰਦਾ ਮੈਂ ਤਾਂ ਉਹਦਾ ਹੀ ਕਰ ਲੈਂਦੀ ਆ ਪਰ ਮੇਰੀ ਇਹ ਗੱਲ ਮਨ ਕੋਲ ਕੇ ਸੋਲਾ ਜਦੋਂ ਤੱਕ ਨਾ ਪ੍ਰਤਾਪੀ ਇਹਦੇ ਘਰ ਮੈਂ ਉਹ ਖਲੋਤੀ ਨੂੰ ਬਾਹਰ ਨਹੀਂ ਉਧਰੋਂ ਉਹ ਪ੍ਰਤਾਪੀ ਜਾਓ ਤੂੰ ਮੈਂ ਆਉਂ ਉਹ ਨਾ ਮੈਂ ਤਾਂ ਨਾ ਕਿਛੇ ਨਹੀਂ ਬੇਦਰਦੀ
ਤੂੰ ਤੂੰ
ਕਿਹੜੇ ਨੇ ਹੁਣ ਤੈਨੂੰ ਹੈ ਐਵੇਂ ਹਰ ਮੇਰੇ ਕੰਨਾਂ ਦੇ ਵਿੱਚ ਤੂੰ ਬੋਲਦਾ ਰਹਿਣਾ ਉਹ ਗੱਜਣ ਸੁਣ ਚੰਦ ਕੋਲ ਤੇ ਉਹ ਸ਼ਰਧਾਈ ਜਿਹਾ ਜਦੇਲ ਮੈਂ ਸੋਚਿਆ ਕਿ ਇੱਕ ਪਾਸੇ ਗੱਜਣ ਤੇ ਦੂਜੇ ਪਾਸੇ ਦੋਵੇਂ ਤੀਵੀਆਂ ਚੰਦਪੁਰ ਚੰਦਪੁਰ ਜਿੱਦ ਕਰਕੇ ਬੈਠੀ ਆ ਕਹਿੰਦੀ ਆਪਾਂ ਨੀ ਲੈ ਕੇ ਆਉਣੀ ਕੁੜੀ ਆਪਣੇ ਸੋਹਰੀ ਕੱਟੇ ਜਾਪਾ ਵਿਆਹ ਮਰਦੀ ਜਦੋਂ ਮਤਰੇਈ ਰਾਜ ਪੁਲਸੀਆਂ ਨੂੰ ਨਾਕਾ ਲਾਈ ਬੈਠੀ ਹੋਵੇ ਇਹਦਾ ਮਤਲਬ ਇਹ ਗੱਜਣ ਜਿਹੜਾ ਪ੍ਰਤਾਪੀ ਵਾਲ ਗਿਆ ਨਾ ਓਏ ਹੋਰ ਗੱਲ ਹੋਈ ਜੇ ਮਤਲਬ ਗੱਲ ਰਾਜਾ ਪਤਾ ਕੀ ਆਂਦਾ ਆਂਦਾ ਵੇਂਦਾ ਗਈ ਮੂਰੇ ਟਿਕਲੇ ਮਰੇਗਾ ਤੂੰ ਨਾਲੇ ਕੋੜੀ ਹੋ ਕੇ ਮਰੂਗੀ।
ਵਕਤ ਹੀ ਬੜਾ ਸਾਨੀ ਮੇਰੀ ਇਹ ਬੱਚੜੀ ਹੈ ਹਾਏ ਮੈਂ ਕੀ ਕਰਾਂ ਆਪਣੀ ਨਨਾਣ ਨੂੰ
ਪਟਿਆਲੇ ਹੁਣ ਦੇਵ ਵੀ ਆ ਗਿਆ ਤੇ ਤੁਸੀਂ ਸਾਰੇ ਰਾਏ ਕਰ ਲਓ ਵੀ ਇਹ ਕੀ ਗੱਲ ਕਾਹਦੀ ਰਾਏ ਕਰ ਲਓ
ਆਪਣੀ ਮਾਂ ਨੂੰ ਕੁਛ ਪੁੱਤਰ ਤੂੰ ਜ਼ਮੀਨ ਮੰਗਦੀ ਆ ਬੇਬੇ ਤੂੰ ਕੀ ਕਰਨੀ ਆ ਜ਼ਮੀਨ ਹੱਦੇ ਤੂੰ ਜੋ ਮਰਜ਼ੀ ਕਹਿ ਜ਼ਮੀਨ ਤਾਂ ਹੁਣ ਮੈਂ ਲੈ ਕੇ ਰਹੂੰ 4 ਕਿੱਲੇ ਫਿਰ ਆਹੀ ਤਕਲੇ ਆ ਕੇ ਸਿੱਧੇ ਆ ਜਾਣਗੇ ਤੇ ਆਉਗੀ ਗਾਜਰਾਂ ਦੀ ਰੰਗ ਅੱਖ 'ਚ ਪਾਈ ਹੈ ਕਰੀ ਚੱਲ ਆਪਾਂ ਚੱਲੀਏ ਉੱਧਰ ਉੱਥੇ ਬਹਿ ਕੇ ਕਰਾਂਗੇ ਦੁੱਖ ਨਾਲੇ ਤੇਰੀ ਭੈਣ ਵੀ ਆਈ ਉਹਨੂੰ ਵੀ ਮਿਲਦੀ ਮੇਰਾ ਪੁੱਤ ਪਰ ਬੇਬੇ ਮੈਂ ਤੇ ਨੇਕ ਦਾ ਮਾਮੇ ਦਾ ਸੁਨੇਹਾ ਲਿਆ ਬੇਟਾ ਸੀ ਖੜੇ ਕਰੀ ਹੋ ਗਿਆ ਹਰ ਬਾਹਰ ਵਿਸਾਖੀ ਨੂੰ ਆ ਤੁੰਦੀ ਹੈ ਬੇਟਾ ਸੀ ਸਾਰੇ ਆ ਗਏ ਨਾਲੇ ਫਿਰਦੇ ਅੰਦਰ ਹੋ ਜੂ ਨਾਲੇ ਕੋਆ ਬੇਟੇ ਜਾਣਗੇ ਨਾਲੇ ਪਾਪਾ ਉਹ ਕਹਿੰਦਾ ਸੀ ਕਿ ਹੋਰ ਕੋਈ ਆਵੇ ਨਾ ਆਵੇ ਭਾਈਏ ਨੂੰ ਜ਼ਰੂਰ ਕਰ ਲਈ ਤੇ ਤੂੰ ਤਾਂ ਕਹਿੰਦਾ ਨਾ ਸਵੇਰੇ ਚਲੇ ਜਾ ਚਲੋ ਠੀਕ ਹੈ ਪੁੱਤ ਕੋਈ ਨਹੀਂ ਬਣਾ ਲੈਂਦੇ ਸਵੇਰੇ ਪ੍ਰੋਗਰਾਮ ਠੀਕ ਹੈ ਸਰਪੰਚਾ ਫਿਰ ਸਵੇਰੇ ਕਚਹਿਰੀ ਜਾ ਕੇ ਲਵਾ ਦਿੰਦੇ ਵੀ ਇਹਦੇ ਨਾਲ 4 ਕਿੱਲੇ ਇਹ ਜ਼ਮੀਨ ਲੈ ਕੇ ਕਰ ਲੈ ਆਪਣਾ ਰਾਂਝਾ ਰਾਂਝ मामे ने भी जाना है ट्रक जाना है ਕਿਉਂ ਮੈਂ
कौन नहीं मेरा है पोतर मेरे नूआ मेरिया घरबार सारा मेरा ते कोल ते पोत वे जमीन भी मेरी पला मासी चलो ते ना भी है जमीन एक गेट नहीं होने ना सारी जमीन तेरे प्यो दे ना थी ते मुड़े चारा दे ना चढ़ू चारा दे ना ते और भाई दोवां थोड़े भरावां दे ना भाई एक हिस्सा तेरा एक हिस्सा गदे दा एक थोड़ी भैन दीपो दा ते एक हिस्सा मेरा दीपो कोलो तां मैं थोड़े दोवां भरावां दे ना करा लूं पर अपनी रखूं मैं अपने कोल हुण ते पुत मैं पंजा किल्लियां दी बालक बणूं मैनू तां ओहदे मरे तों ही राज भाग मिलिया पुत सच्चे पातशाह करदा ना साफ मैं मैनू आख्या सी ना कौण गे नबेड़े वेखदा जाईं ते कौण गे नबेड़े ते ओह क्या ले मैं सोचा था क्या रहेगा फिर बिना गले लगता सी बस चल जाऊं ਅੱਛਾ ਅੱਛਾ ਹੋ ਚੱਲੇ ਕਾਰਵਾਈ ਦੇ ਤਾਂ ਹੁਣ ਚੇਤ ਨਹੀਂ ਠੀਕ ਤਾਂ ਤੁਸੀਂ ਉਹਦੇ ਚੇਤ ਦਾ ਵੀ ਕਿਆ ਰੱਖਣਾ
चढ़ती जवानी गाती देख से लोड़वान बंदे ते मगन करती ता लाल द्वार खोलती सब कुछ तक गजे मेरे दे नाल ही मुक गया और गजे ते रतों दी मैं की लगदी आ मेरे पले ना कुछ भी नहीं ना जमीन ना घर ना कोई पोच रखती तेरे घर तक तुम्हें खड़ी हो चलते जाएगी कि
मैंने भी की लगती हूँ No!